पर ये सब कुछ झूठ है यार। रूप फोटवा झूठ नहीं बोल दिया, मोगी वाली, लुधियाने वाली, कैलिफोर्निया वाली। ब्याह वाले दिन मेरे को तेरा छोटा फोन सी, ते जेडे फोन च फोटवा सी ना, ओए वो फोन तेरे कोल सीगा। कर्नल वो क्या होता है? कर्नल साहब बोलिए ना। लखविंदर सिंह, दफा 420 दे तहत तेनू एक नकली फौजी बनने दे आधार ते गिरफ्तार किया जाता है। पर हुण मैं सोच लिया कि अगे तो कदे चीटिंग नहीं करनी। वैसे पर्च चंगी तरह पाई तुसी इहदे नवे पर्स च। चको अपना बोरिया बिस्तरा, गेट द हेल आउट ऑफ माय टफ। लालनी तो यार बिजनेस क्लास च बैठा ना, एयर होस्टेस तो सेवा कराउंदा होणा। ਆਇਨਕ ਨਿਗਾਲੀ ਤਾਂ ਲੱਗਦੀ ਮੈਨੂੰ। ਉਹ ਦਰਸਲ ਨਾ ਜੀ, ਨਿੱਕੇ ਹੁੰਦੇ ਮੇਰੀ ਥੋੜ੍ਹੀ ਜਿਹੀ ਨਿਗਾਹ ਕਮਜ਼ੋਰ ਸੀ। ਸਬਜ਼ੀਆਂ ਖਾ ਕੇ ਵਧਾ ਤਾਂ ਲਈ, ਪਰ ਉਹ ਕਹਿੰਦੇ ਨੇ ਨਾ ਬਾਰੇ ਸ਼ਾਨ ਆਦਤਾਂ ਜਾਂਦੀਆਂ ਨੇ, ਬਸ ਆਦਤ ਜੀ ਪੈ ਗਈ ਜੀ। ਕਰਦੇ ਕੀ ਹੋ ਆਂਟੀ ਜੀ? ਅਸੀਂ ਨਾ ਆਂਟੀ 30 ਏਜ ਹੈ ਮੇਰੀ, 4 ਪਹਿਲਾਂ ਮੇਰਾ ਵਿਆਹ ਹੋਇਆ ਨਾ ਆਂਟੀ, ਦੇਖਦੀ ਹਾਂ ਮੈਂ ਤੁਹਾਨੂੰ। ਸੋਰੀ ਭਾਅ ਜੀ, ਮੈਨੂੰ ਮਤਲਬ ਸੋਰੀ ਭਾਬੀ ਜੀ। ਕਾਲਮੀ ਸ਼ਿਫਾਲੀ ਕੱਲਾ ਸ਼ਿਫ ਨੀ ਠੀਕ ਜੀ? ਸ਼ਿਫ ਜੀ, ਹੁਣ ਦੱਸੋ ਕੀ ਕਰਦੇ ਹੋ? ਸ਼ਿਫ ਜੀ, ਅਸੀਂ ਨਾ ਬੀਟੈਕ ਕਰ ਰਹੇ ਹਾਂ ਜੀ, ਕੰਪਿਊਟਰ ਇੰਜੀਨੀਅਰਿੰਗ ਦੀ। ਮੇਰੇ ਹਸਬੈਂਡ ਵੀ ਇੰਜੀਨੀਅਰ ਸੀ। ਬਹੁਤ ਦੁੱਖ ਲੱਗਿਆ ਜੀ ਸੁਣ ਕੇ। ਵੈਸੇ ਡੈਥ ਕਿਵੇਂ ਹੋਈ ਸੀਗੀ ਜੀ ਉਹਨਾਂ ਦੀ? ਓਹੋ, ਮੇਰਾ ਮਤਲਬ ਜਈ ਸੀ, ਹੁਣ ਤਾਂ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਹੈ। ਅੱਛਾ ਅੱਛਾ, ਫਿਰ ਤਾਂ ਐਕਸੀਡੈਂਟ ਲੱਗ ਗਿਆ। ਵੱਡੇ ਅਫਸਰ? ਨਹੀਂ ਨਹੀਂ, ਹੁਣ ਕੈਨੇਡਾ 'ਚ ਟਰੱਕ ਚਲਾਉਂਦੇ ਨੇ। ਵੈਸੇ ਪਹਿਲਾਂ ਵਾਲਾ ਪੀਜੀ ਕਿਉਂ ਛੱਡਿਆ ਤੁਸੀਂ? ਛੱਡਿਆ ਕਿੱਥੇ ਜੀ, ਸਾਨੂੰ ਤਾਂ ਕੱਢਿਆ ਸੀ। ਕੱਢਿਆ ਕੱਢਿਆ ਹਾਂ, ਕਿਉਂ ਕਿਉਂ ਸਾਨੂੰ ਪੀਜੀ 'ਚੋਂ ਦੱਸੋ, ਕੋਈ ਕਿਉਂ ਕਿਉਂ ਕੱਢੂਗਾ ਜੀ? ਦੇਖੋ, ਨਾ ਤਾਂ ਅਸੀਂ ਗੰਦ ਪਾਉਂਦੇ ਹਾਂ ਜੀ, ਨਾ ਅਸੀਂ ਲੇਟ ਆਉਂਦੇ ਹਾਂ ਜੀ, ਅਤੇ ਨਾ ਅਸੀਂ ਪੈਗ ਲਾਉਂਦੇ ਹਾਂ ਜੀ। ਦਾਰੂ ਨਹੀਂ ਪੀਂਦੇ ਤੁਸੀਂ? ਦਾਰੂ ਪੀਣ ਵਾਲੇ ਦੀ ਤਾਂ ਅਸੀਂ ਮਕਾਨ ਨਹੀਂ ਜਾਂਦੇ ਜੀ। ਕੀ ਬਕਵਾਸ ਕਰਦੇ ਹੋ, ਮੈਂ ਵੀ ਡਰਿੰਕ ਕਰ ਲੈਂਦੀ ਹਾਂ। ਮੇਰੇ ਕਹਿਣ ਦਾ ਇਹ ਮਤਲਬ ਸੀਗਾ ਜੀ ਕਿ ਦਾਰੂ ਪੀਣ ਵਾਲੇ ਦੀ ਮਕਾਨ ਨਹੀਂ ਜਾਂਦੇ, ਪਰ ਮਕਾਨ ਕਿਰਾਏ 'ਤੇ ਲੈ ਲੈਂਦੇ ਉਹਨਾਂ ਦਾ। ਸ਼ਿਵ ਜੀ, ਤੁਸੀਂ ਸੱਚੀ ਪੀ ਲੈਂਦੇ ਹੋ? ਹਾਂ ਹਾਂ, ਜਿਹੜੇ ਮੁੰਡੇ ਪਹਿਲਾਂ ਰਹਿੰਦੇ ਸੀ, ਮੈਂ ਉਹਨਾਂ ਨਾਲ ਕਮਰੇ 'ਚ ਬਹਿ ਕੇ ਪੈਗ ਪੁੱਗ ਲਾ ਲੈਂਦੀ ਸੀ, ਦਾਰੂ ਉਹਨਾਂ ਦੀ, ਚੱਕਣਾ ਮੇਰਾ। ਕਿਆ ਬਾਤ ਹੈ ਵੈਸੇ ਸ਼ਿਵ ਜੀ, ਅਸੀਂ ਵੀ ਕਦੇ। ਬਸ ਮੈਨੂੰ ਝੂਠ ਬੋਲਣ ਵਾਲੇ ਮੁੰਡੇ ਬਿਲਕੁਲ ਨਹੀਂ ਪਸੰਦ। ਦਾਰੂ ਚਾਹੇ ਸਾਰਾ ਦਿਨ ਪੀਂਦੇ ਰਹਿਣ, ਪਰ ਝੂਠ ਝੂਠ ਬੋਲਣ ਵਾਲੇ ਮੁੰਡਿਆਂ ਨੂੰ ਮੈਂ ਇੱਕ ਮਿੰਟ ਵੀ ਨਹੀਂ ਆਪਣੇ ਘਰ 'ਚ ਰੱਖ ਸਕਦੀ। ਅੱਛੀ ਗੱਲ ਹੈ ਵੈਸੇ। ਆਹ ਦੇਖੋ ਰੂਮ, ਸਟੱਡੀ ਟੇਬਲ, ਕਾਬੋਰਡ, ਸਮਾਰਟ ਟੀਵੀ, ਸਭ ਕੁਛ ਪ੍ਰੋਵਾਈਡਡ ਹੈ। ਵਿਆਹ ਤੋਂ ਬਾਅਦ ਪਹਿਲੇ 2 ਮੈਂ ਅਤੇ ਮੇਰਾ ਹਸਬੈਂਡ ਇਸੇ ਰੂਮ 'ਚ ਰਹਿੰਦੇ ਸੀ। ਅੱਛਾ, ਗੱਲ ਤਾਂ ਦੇਖ ਲੈ ਕੀ ਚੱਲ ਰਹੀ ਹੈ, ਟੱਪੀ ਜਾਂਦਾ ਬੈਠਾ। ਉਹ ਯਾਰ, ਮੈਂ ਤਾਂ ਬੈੱਡ ਚੈੱਕ ਕਰ ਰਿਹਾ ਤੇ ਉਹੀ ਤਾਂ ਮੈਂ ਕਹਿ ਰਿਹਾ ਤੈਨੂੰ। ਸ਼ਿਫ ਜੀ, ਤੁਹਾਡੀ ਲਵ ਮੈਰਿਜ ਸੀਗੀ ਕਿ ਅਰੇਂਜ? ਮੇਰੀ ਅਰੇਂਜ ਮੈਰਿਜ। ਲਵ ਤਾਂ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਹੀ ਹੁੰਦਾ, ਉਹ ਤੋਂ ਪਹਿਲਾਂ ਤਾਂ ਐਵੇਂ। ਸਹੀ ਗੱਲ ਹੈ ਸ਼ਿਫ ਜੀ, ਸਾਡਾ ਤਾਂ ਆਪ ਕੁੜੀ ਵਾਲਾ ਕੋਈ ਚੱਕਰ ਹੀ ਨਹੀਂ। ਕੁੜੀ ਵਾਲਾ ਕੋਈ ਚੱਕਰ ਨਹੀਂ, ਕਿਤੇ ਆਪਸ ਵਿੱਚ ਤਾਂ ਨਹੀਂ ਚਲਾਈ ਫਿਰਦੇ? ਨਹੀਂ ਨਹੀਂ ਜੀ, ਸਾਡੇ ਕਹਿਣ ਦਾ ਮਤਲਬ ਹੈ ਕਿ ਉਦਾਂ ਇੰਟਰਸਟ ਸਾਡਾ ਕੁੜੀਆਂ ਦੇ ਵਿੱਚ ਹੀ ਆ, ਪਰ ਫਿਲਹਾਲ ਅਸੀਂ ਸਿੰਗਲ ਆ। ਮਤਲਬ ਸਹੇਲੀ ਸੁਹੇਲੀ ਹੈ ਨਹੀਂ ਕੋਈ? ਕਿੱਥੇ ਸ਼ਿਫੂ ਜੀ, ਅਸੀਂ ਤਾਂ ਸਾਊ ਜਿਹੇ ਬੱਚੇ ਹਾਂ। ਚਲੋ ਵਧੀਆ ਕੀਤਾ ਤੁਸੀਂ ਮੈਨੂੰ ਸੱਚ ਦੱਸਤਾ। ਲੈ, ਸੱਚ ਤਾਂ ਤੁਹਾਨੂੰ ਦੱਸਣਾ ਹੀ ਸੀ, ਕਿਉਂਕਿ ਝੂਠ ਬੋਲਣ ਵਾਲੇ ਬੰਦੇ ਤੁਹਾਨੂੰ ਪਸੰਦ ਨਹੀਂ। ਫਿਰ ਐਨਕਾਂ ਤਾਂ ਲਾ ਲਾ, ਅਤੇ ਨਾਲੇ ਨਾ ਹੀ ਤੁਸੀਂ ਉਹਨਾਂ ਨੂੰ ਆਪਣੇ ਪੀਜੀ 'ਚ ਰੱਖਦੇ ਹੋ। ਚਲੋ ਜੇ ਹੁੰਦੀ ਫਿਰ ਵੀ ਕੋਈ ਪ੍ਰੋਬਲਮ ਨਹੀਂ ਸੀ, ਜਿਹੜੇ ਪਹਿਲਾਂ ਮੁੰਡੇ ਰਹਿੰਦੇ ਸੀ ਨਾ, ਉਹਨਾਂ ਦੀਆਂ ਗਰਲਫ੍ਰੈਂਡ ਵੀ ਅਕਸਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ, ਸਗੋਂ ਮੇਰਾ ਵੀ ਉਹਨਾਂ ਨਾਲ ਦਿਲ ਲੱਗਿਆ ਰਹਿੰਦਾ ਸੀ। ਚਲੋ ਜੀ, ਇਹ ਗੱਲ ਹੈ ਸ਼ਿਵ ਜੀ, ਫਿਰ ਤਾਂ ਸਾਡੀ ਵੀ ਦੂਰ ਦੀ ਰਿਸ਼ਤੇਦਾਰ ਨਾ ਆਇਆ ਕਰਨੀ ਆ, ਨਾਲੇ ਤੁਹਾਡਾ ਜੀ ਲਵਾ ਦਿਆ ਕਰਨੀ ਆ, ਨਾਲੇ ਸਾਡਾ। ਨੋਟ ਜ਼ਿਆਦਾ ਨਹੀਂ ਖੁੱਲ੍ਹੇ ਚੱਕੇ ਫਿਰਦੇ ਤੁਸੀਂ? ਉਹ ਦਰਅਸਲ ਗੱਲ ਇੱਦਾਂ ਜੀ ਕਿ ਖੁੱਲ੍ਹੇ ਖਾਤੇ ਰੱਖੇ ਜਾ ਰਹੀਆਂ ਨੇ ਬਹੁਤ ਨੂੰ। ਖੁੱਲ੍ਹੀ ਤੇਰੀ ਬੈਂਟ ਦੀ ਜਿੱਪ ਵੀ ਫਿਰਦੀ ਆ ਬੰਦ ਕਰ। ਤੁਹਾਡੀ ਆਈਡੀ? ਕੂਲ ਡੂਡ ਜਸ ਐਟ ਹੌਟ। ਮੇਰਾ ਮਤਲਬ ਤੁਹਾਡਾ ਆਈਡੀ ਪਰੂਫ। ਕਾਲਜ ਦੀ ਆਈਡੀ ਚੱਲੂਗੀ ਜੀ? ਹਾਂ ਹਾਂ ਚੱਲੂ। ਕਿਹੜੇ ਕਾਲਜ 'ਚ ਪੜ੍ਹਦੇ ਹੋ? ਰਿਆਤ ਕਾਲਜ ਜੀ, ਪਟਿਆਲਾ ਕੈਂਪਸ। ਤੁਹਾਡੇ ਕਾਲਜ ਦੇ ਮੁੰਡੇ ਨੂੰ ਅਰੈਸਟ ਕਰਕੇ ਲੈ ਕੇ ਗਏ ਨਾ ਪੁਲਿਸ ਵਾਲੇ ਨਕਲੀ ਫੌਜੀ ਵਾਲੇ ਕੇਸ 'ਚ? ਸਾਨੂੰ ਤਾਂ ਇਸ ਖਬਰ ਬਾਰੇ ਕੋਈ ਗੱਲ ਨਹੀਂ ਪਤਾ ਜੀ। ਲੈ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ, ਇੰਨੀ ਵੱਡੀ ਤਾਂ ਖਬਰ ਲੱਗੀ ਅੱਜ ਅਖਬਾਰ ਦੇ ਵਿੱਚ, ਲਖਵਿੰਦਰ ਸਿੰਘ ਨਾਮ ਆ ਮੁੰਡੇ ਦਾ, ਅਤੇ ਪੁਲਿਸ ਵਾਲੇ ਦੇ ਨਾਲ ਦੇ ਮੁੰਡਿਆਂ ਨੂੰ ਵੀ ਲੱਭ ਰਹੇ ਨੇ। ਜਸਪ੍ਰੀਤ ਸਿੰਘ, ਏਕਮਵੀਰ ਸਿੰਘ। ਵੈਸੇ ਤੁਸੀਂ ਆਪਣਾ ਨਾਮ ਕੀ ਦੱਸ? ਕਿੱਧਰ ਗਏ? ਯਾਰ ਖਬਰ ਤਾਂ ਅਖਬਾਰ 'ਚ ਆ ਗਈ, ਅਤੇ ਅਖਬਾਰ ਥੋੜ੍ਹਾ ਹਰੇਕ ਦੇ ਘਰੇ ਲੱਗਿਆ ਹੁੰਦਾ,
ਓ ਯਾਰ ਤੂੰ ਘਬਰਾ ਨਾ, ਅੱਜ ਕੱਲ ਦਾ ਅਖਬਾਰ ਦਾ ਹਾਲ ਨਾ ਪ੍ਰਾਈਵੇਟ ਸਕੂਲਾਂ ਦੀ ਪੰਜਾਬੀ ਵਰਗਾ ਹੋਇਆ ਪਿਆ। ਮਤਲਬ ਲੱਗਿਆ ਤਾਂ ਸਾਰਿਆਂ ਦੇ ਪਰ ਪੜ੍ਹਦਾ ਕੋਈ ਕੋਈ। ਅੰਕਲ ਅਸੀਂ ਰਿਆਤ ਬਾਰਾ ਕਾਲਜ 'ਚ ਫਾਰਮਿੰਗ ਕਰਦੇ। ਫਾਰਮਿੰਗ? ਫਾਰਮੇਸੀ ਕਹਿ ਰਿਹਾ ਜੀ। ਨਹੀਂ ਨਹੀਂ ਅੰਕਲ, ਕੁੜੀਆਂ ਜਿਹੜੀਆਂ ਵਾਲਾ ਕੋਈ ਰੌਲਾ ਨਹੀਂ ਹੈਗਾ। ਮਿਸਤਰੀਆਂ ਜੇ ਹਰ ਥਾਵੇਂ ਮੰਜੇ ਚੈੱਕ ਕਰਨ ਬਹਿ ਜਾ ਕਰ। ਬੇਟਾ 4000 ਰੁਪਏ ਰੈਂਟ ਹੈ। 4000 ਛੱਡੋ ਤੁਸੀਂ 5000 ਨੂੰ। ਕੋਸ ਦੀ ਵਰਦੀ ਪਹਿਨ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਓ ਯਾਰ ਜੱਸ, ਹੁਣ ਦੱਸ ਕੀ ਕਰੀਏ? ਯਾਰ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਕਰਨਾ। ਮੇਰੀ ਗੱਲ ਸੁਣ, ਆਪਾਂ ਭੇਸ ਭੂਸ ਨਾ ਬਦਲੀਏ। ਭੇਸ ਨਹੀਂ, ਹੁਣ ਤਾਂ ਪੂਰਾ ਬੇਸ ਹੀ ਬਦਲਣਾ ਪੈਣਾ। ਮੇਰਾ ਨਾਮ ਜਸੀਨਾ ਜੀ ਤੇ ਮੈਂ ਮਿਰਜ਼ਾ। ਮਿਰਜ਼ਾ? I mean ਦੀਆ ਮਿਰਜ਼ਾ। ਨਹੀਂ ਨਹੀਂ ਅੰਤੀ, ਪੁਲਿਸ ਵਾਲਾ ਤਾਂ ਕੋਈ ਚੱਕਰ ਨਹੀਂ ਹੈ, ਅਬ ਤੁਹਾਨੂੰ ਤਾਂ ਸੱਚੀ ਮਾਰ ਹੀ ਦੇਣਾ। 1000 ਰੁਪਏ ਕੱਟ ਦੀਏ ਦੋ ਨਾ। ਵੈਸੇ ਤੈਨੂੰ ਲੋੜ ਵੀ ਨੀ ਇਹਨਾਂ ਦੀ। ਯਾਰ ਜੱਸ, ਆ ਲੱਕੀ ਵਾਲਾ ਕਾਂਡ ਤੇ ਯਾਰ ਹਰੇਕ ਲੋਕਲ ਨਿਊਜ਼ ਚੈਨਲ ਤੇ ਅਖਬਾਰਾਂ 'ਚ ਛਪਿਆ ਪਿਆ। ਯਾਰ ਯਾਰ ਮੈਨੂੰ ਤਾਂ ਇਹ ਡਰ ਆ ਕਿਤੇ ਘਰਦਿਆਂ ਤੱਕ ਨਾ ਗੱਲ ਪਹੁੰਚ ਜਾਏ। ਕਾਲਜ 'ਚ ਤਾਂ ਹਟਾਣਗੇ ਹਟਾਣਗੇ, ਬੜਾਂਗਾ ਅੱਡ ਚੜੂ। ਯਾਰ ਆਪਾਂ ਨੂੰ ਲੱਕੀ ਵਾਲਾ ਮਸਲਾ ਨਾ ਛੇਤੀ ਦਿਨੇ ਰਫਾ ਦਫਾ ਕਰਨਾ ਪੈਣਾ। ਉਹ ਤਾਂ ਰਫਾ ਦਫਾ ਕਰ ਦਿਆਂਗੇ ਯਾਰ, ਪਰ ਪਹਿਲਾਂ ਰਹਿਣ ਦਾ ਬੰਦੋਬਸਤ ਕਰਨਾ ਪੈਣਾ। ਹੁਣ ਤਾਂ ਨਾ ਇੱਕੋ ਜਗ੍ਹਾ ਜਿੱਥੇ ਆਪਾਂ ਨੂੰ ਛੱਤ ਮਿਲ ਸਕਦੀ ਹੈ। ਕਿੱਥੇ? ਹੋਸਟਲ। ਯਾਰ ਇਹ ਕੰਮ ਆਪਾਂ ਇੱਥੇ ਕਿਉਂ ਆਏ ਆ? ਆਪਣੇ ਕੋਲ ਇੱਥੇ ਹੋਸਟਲ 'ਚ ਰਹਿਣ ਦੀ ਪਰਮਿਸ਼ਨ ਹੈ? ਲੈ ਯਾਰ, ਤੈਨੂੰ ਕਿਹਨੇ ਕਿਹਾ ਵੀ ਹੋਸਟਲ 'ਚ ਰਹਿਣ ਲਈ ਪਰਮਿਸ਼ਨ ਚਾਹੀਦੀ ਹੁੰਦੀ ਆ? ਉਹ ਵਕਤ ਜਿਗਰਾ ਚਾਹੀਦਾ ਹੁੰਦਾ, ਜਿਗਰਾ। ਅੱਜ ਦੀਆਂ ਬੋਤਲਾਂ ਕਮਰਿਆਂ ਦੇ ਬਾਹਰ ਪਈਆਂ ਨੇ, ਤੈਨੂੰ ਕੀ ਲੱਗਦਾ ਮੌੜ ਮੈਂ ਇਹਨਾਂ ਨੂੰ ਐਂ ਕਹਿੰਦਾ ਹੋਊਗਾ ਵੀ ਤੇ ਮੁੰਡਿਓ ਦਾਰੂ ਪੀ ਕੇ ਫਸਟ ਕਲਾਸ ਬੋਤਲਾਂ ਬਾਹਰ ਰੱਖ ਦਿਓ, ਰੱਦੀ ਵਾਲੇ ਤੋਂ ਚੁਕਾ ਲਾਂਗੇ। ਹੋ ਸਕਦਾ ਬਈ? ਓ ਨਹੀਂ ਬ੍ਰੋ, ਨਹੀਂ, ਜਿਗਰਾ ਜਿਗਰਾ। ਆ ਬਾਈ ਜਿਹੜਾ ਹੀਟਰ ਲੈ ਕੇ ਗਿਆ, ਤੈਨੂੰ ਕੀ ਲੱਗਦਾ ਮੌੜ ਨੂੰ ਤੂੰ ਪਰਮਿਸ਼ਨ ਲੈ ਕੇ ਆਇਆ ਹੈ? ਕੀ ਪਤਾ ਲਈ ਹੋਵੇ। ਨਾ 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 ਬ੍ਰੋ, ਜਿਗਰਾ ਜਿਗਰਾ। ਆਪਣੇ ਬਚਪਨ ਦੇ ਜਿਗਰੀ ਯਾਰ ਨਾਲ ਮਿਲਾਉਣਾ ਜਿਹੜਾ ਆਪਾਂ ਨੂੰ ਆਪਣੇ ਕਮਰੇ 'ਚ ਰਹਿਣ ਨੂੰ ਕਦੇ ਵੀ ਨਾ ਕਰਦਾ। ਆ ਜਾ ਨਾ ਯਾਰ। ਬਾਈ ਔਖਾ। ਉਹ ਮਿੱਠੇ ਕੀ ਗੱਲ ਹੋ ਗਈ ਯਾਰ, 50 ਵਾਰ ਤਾਂ ਤੇਰੇ ਕਮਰੇ 'ਚ ਰਹਿੰਦੇ ਰਹੇ ਆ। ਯਾਰ ਬਾਈ ਮੈਂ ਤਾਂ ਮੰਨਦਾ ਰਹਿੰਦੇ ਨੇ ਉਹ, ਪਰ ਕੀ ਕਰਾਂ, ਇਲੈਕਸ਼ਨ ਵਾਲੇ ਚੱਕਰ ਕਰਕੇ ਨਾ ਸਖਤਾਈ ਬਹੁਤ ਹੋਈ ਪਈ ਹੈ, ਤੇ ਇੱਕ ਤੁਹਾਡੇ ਉਹ ਲੱਕੀ ਵਾਲੇ ਕਾਂਡ ਕਰਕੇ ਨਾ। ਹਾਂ, ਮੇਰੇ ਰੂਮਮੇਟ ਵੀ ਨਹੀਂ ਮੰਨਦੇ ਨਾ ਰੱਖਣ ਨੂੰ। ਕਿਉਂ ਬਾਈ? ਉਹਨਾਂ ਨੂੰ ਲੱਗਦਾ ਕਿਤੇ ਤੁਸੀਂ ਵੀ ਸਾਡਾ ਸਮਾਨ ਸਮੂਨ ਚੋਰੀ ਕਰਕੇ ਨਾ। ਛੱਕ ਲਓ ਬਾਈ, ਅਸੀਂ ਤੈਨੂੰ ਚੋਰ ਲੱਗਦੇ ਹਾਂ? ਯਾਰ ਲੱਗਦਾ ਤਾਂ ਲੱਕੀ ਵੀ ਨਹੀਂ ਸੀ। ਜੱਸ ਯਾਰ, ਮੈਨੂੰ ਤਾਂ ਸਾਲੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਬਚਪਨ ਦਾੜੀ ਐਵੇਂ ਕਿਵੇਂ ਕਰ ਗਿਆ ਯਾਰ। ਜਿਗਰਾ ਬਰੋ, ਜਿਗਰਾ। ਯਾਰ ਮੈਨੂੰ ਇੱਥੇ ਪਿਸ਼ਾਬ ਨਹੀਂ ਆ ਰਿਹਾ, ਤੈਨੂੰ ਗੱਲਾਂ ਆ ਰਹੀਆਂ ਨੇ। ਗੱਲਾਂ ਤਾਂ ਮੈਂ ਆ ਗਿਆ, ਉਹ ਵੀ ਤੇਰੀਆਂ। ਆਖੀ ਜੀ ਹੋਸਟਲ ਚੱਲਦੇ ਆ, ਕਮਰਾ ਮਿਲ ਜੂਗਾ। ਕਮਰਾ ਤਾਂ ਕੀ ਮਿਲਣਾ ਸੀ, ਸਾਲਿਆਂ ਨੇ 5 ਮਿੰਟ ਨਹੀਂ ਖੜਾ ਦਿੱਤਾ ਉੱਥੇ। ਜੱਸ ਦੱਸ ਯਾਰ, ਫੌਜੀ ਗੋਲੀ ਚੱਲੀਏ ਵਾਪਸ? ਮਿਲ ਗਿਆ ਜਵਾਬ। ਮਿਲ ਗਿਆ। ਹੋਰ ਬ੍ਰਜੇਸ਼ ਜੀ, ਕੀ ਹਾਲ ਆ? ਬੜੀਆਂ ਮਹਿਕਾਂ ਖਿਲਾਰ ਕੇ ਆ ਰਹੇ ਹਾਂ। ਹੋਸਟਲ ਮੇ ਰਹਿਣੇ ਕੇ ਲਈ ਕਮਰਾ ਚਾਹੀਏ। ਉਹ ਬਾਬੇ, ਤੂੰ ਬ੍ਰਜੇਸ਼ ਨਹੀਂ, ਤੂੰ ਤਾਂ ਅੰਤਰਯਾਮੀ ਹੈ। ਤੇਰਾ ਅੰਤਰਯਾਮੀ ਨਾ ਆਪਣੇ ਦੋਹਾਂ ਦੇ ਭਵਿੱਖ ਤੇ ਅੰਦਰ ਪਾਣੀ ਰੋੜ ਕੇ ਆਇਆ। ਅਰੇ ਭਾਈ, ਸਿੱਧੀ ਬਾਤ ਲੋ ਬਕਵਾ, ਪੈਸਾ ਦੋ ਚਾਬੀ ਲੋ, ਕਲੀਅਰ ਹੈ? ਕਿੰਨੇ ਪੈਸਿਆਂ 'ਚ ਮਿਲੂਗੀ ਚਾਬੀ? 11,000। ਲੈ, ਅਸੀਂ ਕਮਰਾ ਲੈਣਾ, ਹੋਸਟਲ 'ਚ ਹਿੱਸਾ ਨਹੀਂ ਪਵਾਉਣਾ। ਲੱਗਿਆ 11,000 ਦਾ? ਅਰੇ ਭਾਈ, ਮੈਂ ਆਪਕੋ ਦੋ ਨੰਬਰ ਕਾ ਕਾਮ ਇੱਕ ਨੰਬਰ ਮੈਂ ਕਰਵਾ ਕੇ ਦੂੰਗਾ। ਬਾਤ ਕਰ ਰਹੇ ਹੋ? ਆਹੋ।
तेरा दो नंबर वाला काम तो देख ही लिया। अरे भाई हॉस्टल का आईडी प्रूफ बनवाना है, मेस में खाता खुलवाना है, इतने काम के लिए मैं अकेला आदमी क्लियर है भाई 11,000। चल ठीक है पर पैसे तेनू कमर लेने तो बाद दवांगे। चलो ठीक है फिर 1100 एडवांस दे दो। एडवांस लग्या चपड़ासी है नखरे साले दे सालियां ने। ਦੋ ਹਜ਼ਾਰ 14 ਦੇ ਵਿੱਚ ਆਖਰੀ ਸਟੂਡੈਂਟ ਇਲੈਕਸ਼ਨਾਂ ਹੋਈਆਂ ਜਿਹਦੇ ਵਿੱਚ ਆਪਣੀ ਪਾਰਟੀ PSA ਜੇਤੂ ਰਹੀ। ਉਸ ਤੋਂ ਬਾਅਦ ਭਾਵੇਂ ਸਰਕਾਰ ਨੇ ਇਲੈਕਸ਼ਨਾਂ ਬੰਦ ਕਰ ਦਿੱਤੀਆਂ ਪਰ ਮੈਂ ਕਾਲਜ ਦੇ ਵਿੱਚ PSA ਦਾ ਦਬਦਬਾ ਨਹੀਂ ਬੰਦ ਹੋਣ ਦਿੱਤਾ ਅਤੇ ਹੁਣ ਜਿਵੇਂ ਗਵਰਨਮੈਂਟ ਨੇ ਮਨਜ਼ੂਰੀ ਦੇ ਦਿੱਤੀ ਹੈ ਇਲੈਕਸ਼ਨਸ ਦੀ ਤਾਂ ਮੰਤਰੀ ਸਾਹਿਬ ਚਾਹੁੰਦੇ ਨੇ ਕਿ PSA ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖੇ। ਜੀ ਬਾਈ ਪਹਿਲਾਂ ਮੇਰੀ ਗੱਲ ਸੁਣ ਲਿਆ ਕਰੋ। ਆ ਜੀ ਹਜ਼ੂਰੀ ਕਰਨ ਨਾਲੋਂ ਨਾ ਮੈਨੂੰ ਕੰਮ ਕਰਨ ਵਾਲੇ ਬੰਦੇ ਜ਼ਿਆਦਾ ਪਸੰਦ ਨੇ। ਜੀ ਬਾਈ ਜੀ ਤੁਹਾਡੀ ਅਟੈਂਡੈਂਸ ਕਿੰਨੀ ਆ ਓਏ? 55% ਆਊ ਜੀ। ਮੇਰੀ 65% ਆ ਬਾਈ ਜੀ। ਅਟੈਂਡੈਂਸ 'ਚ ਤਾਂ ਜੀ ਮੈਂ ਪਾਸ ਹੋ ਗਿਆ, 35% ਆਈ ਮੇਰੀ। ਉਹ ਤੁਹਾਨੂੰ ਪਤਾ ਕਿਸੇ ਨੂੰ ਇਸ ਵਾਰ ਇਲੈਕਸ਼ਨ 'ਚ ਖੜੇ ਹੋਣ ਲਈ 85% ਤੋਂ ਉੱਤੇ ਅਟੈਂਡੈਂਸ ਚਾਹੀਦੀ ਹੈ? ਮੇਰੀ 5% ਘੱਟ ਆ ਬਾਈ ਜੀ, ਮੈਂ ਕਰ ਲੂੰ ਜੀ ਪੂਰੀ। ਨਾ ਕਦੋਂ ਕਰ ਲੇਗਾ ਓਏ? 2 ਮਹੀਨਿਆਂ ਨੂੰ। ਤੇਰਾ ਕੀ ਮਤਲਬ ਤੱਕ ਹੱਥ ਅੱਤਰ ਕੇ ਬੈਠੇ ਰਹੀਏ? ਸੋਰੀ ਬਾਈ ਜੀ, ਪਰ ਸਾਨੂੰ ਕੀ ਪਤਾ ਸੀ ਵੀ ਇਸ ਵਾਰ ਇਲੈਕਸ਼ਨਾਂ ਵੇਲੇ ਆਹ ਟੈਂਡਰ ਸਾਲਾ ਰੌਲਾ ਪੈ ਜੂ। ਅਸੀਂ ਤਾਂ ਐਵੇਂ ਸਾਰਾ ਸਾਲ ਵਿਹਲੀਆਂ ਮਾਰੀ ਗਏ, ਕਦੇ ਕੁੜੀਆਂ ਮਗਰ ਗੇੜੀਆਂ ਮਾਰ ਲਈਆਂ, ਕਦੇ ਕੰਟੀਨ ਚਲੇ ਗਏ, ਕਦੇ ਫਿਲਮਾਂ ਦੇਖ ਲਈਆਂ। ਓਏ ਤੂੰ ਮਾਰੀਆਂ ਹੋਣੀਆਂ ਵਿਹਲੀਆਂ ਬਾਈ ਜੀ, ਇਸ ਤਾਂ ਲੈਕਚਰ ਲਾਉਂਦੇ ਸੀ। ਤਾਂ ਹੀ ਤੇਰੇ 65% ਨੇ ਟੈਂਡਰ 'ਚ। ਓਏ ਕੁੜੀਆਂ ਪਿੱਛੇ ਲੱਗ ਗਿਆ ਕੋਈ ਘੁੰਮਦਾ ਨਹੀਂ। ਓਏ ਚੁੱਪ ਓਏ, ਸਾਰਾ ਦਿਨ ਕੁੱਤੇ ਭਗਾਈ ਕਰਦੇ ਰਹਿੰਦੇ, ਕੁੜੀਆਂ ਪਿੱਛੇ ਗੇੜੇ ਕਰਦੇ ਰਹਿੰਦੇ, ਕੰਟੀਨਾਂ 'ਚ ਬੈਠੇ ਰਹਿੰਦੇ ਹੋ। ਕਾਲਜ ਆਉਣ ਦਾ ਇੰਨਾ ਮਕਸਦ ਨਹੀਂ ਹੁੰਦਾ, ਪੜ੍ਹਾਈ ਵੀ ਕਰਨੀ ਹੁੰਦੀ ਹੈ ਬੰਦੇ ਨੇ। ਸਾਡੇ ਵਾਰੀ ਅਟੈਂਡੈਂਸ ਤਾਂ ਕੀ ਨੰਬਰ ਵੀ 85% ਤੋਂ ਉੱਤੇ ਹੁੰਦੇ ਸੀ ਨਾ, ਹੁਣ ਤੁਸੀਂ ਦੱਸੋ ਕਿਹਨੂੰ ਪ੍ਰਧਾਨ ਬਣਾਈਏ? ਉਹ ਯਾਰ ਮੰਨੇ, ਉਹ ਤੂੰ ਐਂ ਕਰ 85% ਵਾਲੇ ਬੱਚਿਆਂ ਦੀ ਨਾ ਲਿਸਟ ਕੱਢ ਕੇ ਦੇ ਮੈਨੂੰ। ਠੀਕ ਹੈ ਬਾਈ ਜੀ। ਯਾਰ 11,000 ਚਾਹ ਗੰਦ ਖਾਨੇ 'ਚ ਰਹਾਂਗੇ? ਸਤਿ ਸ਼੍ਰੀ ਅਕਾਲ ਮੰਨਾ ਭਈਆ। ਸਤਿ ਸ਼੍ਰੀ ਅਕਾਲ ਚੀਮਾ ਭਈਆ ਜੀ। ਆ ਵੀ ਬ੍ਰਜੇਸ਼, ਕਿਵੇਂ ਆਉਣਾ ਹੋਇਆ? ਭਈਆ ਜੀ ਇਨ ਲੜਕੋ ਕੋ ਹੋਸਟਲ ਮੇ ਰਹਿਣੇ ਕੇ ਲਈ ਕਮਰਾ ਚਾਹੀਏ। ਤੇਰੇ ਕਹਿਣ ਦੇ ਪਹਿਲਾਂ ਇੱਕ ਮੁੰਡੇ ਦੀ ਐਡਜਸਟਮੈਂਟ ਕਰਵਾਈ ਤਾਂ ਸੀ, 2 ਫੇਰ ਲੈ ਕੇ ਆ ਗਿਆ ਤੂੰ। ਭਈਆ ਜੀ ਦੇਖ ਲੀਜੀ, ਅਗਰ ਕੁਛ ਹੋ ਸਕਦਾ ਹੋ ਤੋ ਖਾਸ ਬੰਦੇ ਹੈਗੇ। ਓਏ 2 ਨੰਬਰ 'ਚ ਬੰਦੇ ਰੱਖਣਾ ਬਹੁਤ ਔਖਾ ਹੋ ਗਿਆ। ਕਿਉਂ ਭਈਆ ਜੀ? ਤੈਨੂੰ ਪਤਾ ਤਾਂ ਕੱਲ੍ਹ 'ਚ ਇਲੈਕਸ਼ਨਾਂ ਹੋਣ ਵਾਲੀਆਂ ਨੇ, ਪਤਾ ਕਿੰਨੀ ਸਖਤਾਈ ਕਰਤੀ ਹੋਸਟਲ 'ਚ, ਆ ਸਾਰੇ ਫਲੋਰ 'ਤੇ CCTV ਕੈਮਰਾ 'ਚ ਲੱਗੇ ਹੋਏ। ਅਰੇ ਭਈਆ ਜੀ ਤਾਂ ਫਿਰ ਉਸੇ ਡਰਨੇ ਕੀ ਕਿਆ ਜ਼ਰੂਰਤ ਹੈ, ਹਮ ਹੈ ਨਾ ਬੰਦ ਕਰਨੇ ਕੇ ਲੀਏ। ਉਹ ਤੇਰੇ ਵਰਗੇ ਨੇ ਪਿੱਛੇ ਦੇ ਸ਼ਾਰਟ ਸਰਕਿਟ ਕਰਕੇ ਕੈਮਰੇ ਦਾ ਪਟਾਕਾ ਪਾਤਾ ਸੀ ਮਿਰਜ਼ਾ ਜੱਟ। ਉਹ ਤੋਂ ਬਾਅਦ ਕਾਲਜ ਵਾਲੇ ਨੇ ਪਾਵਰ ਬੈਕਅਪ ਵਾਲੇ ਕੈਮਰੇ ਲਗਵਾ ਤੇ, ਆਉਣਾ ਤੋਂ ਨਹੀਂ ਤੁਸੀਂ ਬਚ ਸਕਦੇ। ਜੇ ਮੈਨੂੰ ਮਿਲ ਜਾਵੇ ਨਾ ਉਹ ਪਟਾਕੇ ਪਾਉਣ ਵਾਲਾ, ਉਹਦੇ ਕੰਨ 'ਤੇ 3-4 ਪਟਾਕੇ ਹੀ ਛੱਡਾਂ। ਭਈਆ ਜੀ ਦੇਖ ਲੀਜੀਏ, ਅਗਰ ਕੁਛ ਹੋ ਸਕਦਾ ਹੋ ਤੋ। ਭਈਆ ਜੀ, ਭਈਆ ਜੀ ਜੇਸ਼, ਮੇਰਾ ਦਿਮਾਗ ਪਹਿਲਾਂ ਹੀ ਬਹੁਤ ਗਰਮ ਹੋਇਆ। ਸਮਝ ਨਹੀਂ ਰਹੇ ਬਾਤ ਕੋ। ਉਹ ਆ ਅਨਮੋਲਦੀਪ ਸਿੱਧੂ ਕੌਣ ਹੈ? ਆਹੀ ਟੋਪਰ ਹੈ ਜੀ ਇੰਜੀਨੀਅਰਿੰਗ ਡਿਪਾਰਟਮੈਂਟ ਦਾ, ਤੇ ਦੇਖਣ ਨੂੰ ਵੀ ਥੋੜਾ ਪ੍ਰਧਾਨ ਟਾਈਪ ਹੀ ਆ। ਬਾਈ ਜੀ ਡੋਲੇ ਡੂਲੇ ਵੀ ਪੂਰੇ ਨੇ ਜੀ ਉਹਦੇ, ਤਾਂ ਰੰਗ ਦਾ ਵੀ ਜਮਾ ਗੋਰਾ ਚਿੱਟਾ ਦੱਸ ਜੱਸ। ਹਾਂਜੀ ਨਾਲੇ 6 ਫੁੱਟ ਦਾ ਮਾਕਾ ਅੱਧਾ ਜੀ ਮੁੰਡੇ ਦਾ। ਤੈਨੂੰ ਕਿਵੇਂ ਪਤਾ? ਸਾਨੂੰ ਕਿਵੇਂ ਪਤਾ, ਸਾਡੇ ਨਾਲ ਤਾਂ ਰਹਿੰਦਾ ਰਿਹਾ ਬਾਈ ਜੀ, ਜਮਾ ਸਾਊ ਮੁੰਡਾ। ਉਹ ਇੰਨਾ ਵੀ ਸਾਊ ਨਹੀਂ ਹੈਗਾ, ਪਰਚੀਆਂ ਚਲਾਉਂਦਾ ਫੜਿਆ ਗਿਆ ਜੀ। ਫਿਰ ਪਰਚੀ ਬਾਈ ਜੀ, ਫਿਰ ਪਰਚੀ ਚਲਾਉਣ ਪਿੱਛੋਂ ਨੂੰ ਰੈਸਟੀਗੇਟ ਥੋੜੀ ਨਾ ਕਰ ਦੇਣਗੇ। ਸਾਡੀ ਪਾਰਟੀ ਵੱਲੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜੂ? ਬਾਈ ਜੀ ਸਾਡੀ ਤਾਂ ਕੋਈ ਗੱਲ ਹੀ ਨਹੀਂ ਮੋੜਦਾ, ਉਹਦੀਆਂ ਤਾਂ ਅਸੀਂ ਪੂਣੀਆਂ ਕਰਾਉਂਦੇ ਰਹੇ ਹਾਂ ਗਿੱਲੀਆਂ ਕਰ ਕਰਕੇ, ਇੱਕ ਪਾਸਾ ਮੈਂ ਫੜਦਾ ਸੀ ਇੱਕ ਜੱਸ ਦੱਸ। ਹਾਂਜੀ ਕਿੱਥੇ ਮਿਲਾ ਰਹੇ ਹਾਂ ਫਿਰ ਉਹਨੂੰ? ਰੂਮ 'ਚ। ਕਿਹੜੇ ਰੂਮ 'ਚ? ਉਹ ਜਿਹੜਾ ਵੀ ਤੁਸੀਂ ਅਲਾਟ ਕਰਾ ਦੋਗੇ। ਉਹ ਕਿਹੜਾ ਮੁੰਡਾ ਹੁਸ਼ਿਆਰ ਗਿਆ? ਬਿਹਾਰ ਵਾਲਾ ਮੁੰਡਾ ਜੀ ਭੂਸ਼ਣ। ਆਹੋ ਉਹਦੇ ਕਮਰੇ 'ਚ ਐਡਜਸਟ ਕਰਾ ਦਿਓ ਇਹਨਾਂ ਨੂੰ। ਜੀ ਬਾਈ ਜੀ। ਅਤੇ ਇੱਕ ਮਿੰਟ, ਥੋੜ੍ਹਾ ਧਿਆਨ ਨਾ ਰਿਹੋ, ਇਲੈਕਸ਼ਨ ਕਰਕੇ ਸਖਤਾਈ ਬਹੁਤ ਆ, ਤੁਹਾਡੇ ਆਈ ਕਾਰਡ ਬਣਨ ਨੂੰ 2 ਕੁ ਦਿਨ ਲੱਗਣਗੇ। ਅਤੇ ਬ੍ਰਜੇਸ਼ ਕੀ ਨਾਂ ਸੀ ਮੁੰਡੇ ਦਾ ਜੇ ਤੂੰ ਐਡਜਸਟਮੈਂਟ ਕਰਾਈ ਸੀ? ਜੀ ਰੁਪਿੰਦਰ ਸਿੰਘ ਅਵਰਾਏ। ਉਹਦਾ ਆਈ ਕਾਰਡ ਬਣ ਕੇ ਆ ਗਿਆ ਜੀ।
ਰੂਪ ਜੱਟ ਦੇ ਡਰੰਮ ਦਾ ਮੁਕਾਬਲਾ ਕਰ ਸਕੇ ਲੋਹੇ ਦਾ ਲੇਵਰ ਲਵਾਇਆ ਬਾਈ ਲੋਹੇ ਦਾ ਚਲੋ ਇਹ ਮੁੰਡਿਓ ਇਹਦਾ ਤਾਂ ਨਿੱਤ ਦਾ ਹੀ ਕੰਮ ਆ ਤੁਮ ਹੀ ਦੇ ਦੋ ਬਾਤ ਕਰਤੇ ਹੋ ਦਾਦਾ ਰੂਪ यार लोग तो कहने जी दारू पी के गम भुल जाते हैं अब मेरे गम देख लो सराजी जिदा ही हेक जो बजे चल रूप चल उठ चलिए चल ना साले हुण की लेना है मेरे कोले कुछ नहीं है ओनली दारू और जिनी मर्जी ले रूप यार की हाल बनाया तू अपना मेरा हाल कुछ ही बनाया सी ਉਦੋਂ ਤਾਂ ਚੰਗੇ ਜੀ ਉਹ ਤਾਂ ਦਿਖੀ ਰਿਹਾ ਆ ਜਿਹੜੇ ਤੈਨੂੰ ਲੱਗਦੇ ਨੇ ਕਿ ਹੱਲਾ ਸ਼ੇਰੀ ਦੇ ਕੇ ਗਏ ਨੇ ਬਗਾਨੇ ਹੱਸ ਕੇ ਗਏ ਨੇ ਤੇਰੇ ਤੇ ਬਗਾਨੇ ਹੱਸ ਕੇ ਗਏ ਨੇ ਤੇਰੇ ਤੇ ਆਪਣਿਆਂ ਨੇ ਤਾਂ ਬੜੀ ਹੱਥੀ ਛਾਵਾਂ ਕੀਤੀਆਂ ਨਾ ਵਾਹ ਨਾਈਸ ਅੱਧੀ ਰਾਤ ਨੂੰ ਬਾਹਰ ਕੱਢਤਾ ਕਿੱਥੇ ਜਾਊ ਕਿੱਥੇ ਸੌਂ ਕੁਛ ਨਹੀਂ ਪਤਾ ਵੱਡੇ ਹਮਦਰਦ ਤੂੰ ਤਾਂ ਜਿਵੇਂ ਬਹੁਤ ਵਧੀਆ ਕੰਮ ਕੀਤਾ ਸੀ ਨਾ ਲੱਕੀ ਤੇ ਹੱਥ ਚੱਕ ਕੇ ਤੇ ਲੱਕੀ ਬਹੁਤ ਚੰਗੇ ਕੰਮ ਕਰਦਾ ਰਿਹਾ ਹੈ ਸੂਬੇਦਾਰ ਵਿਜੇ ਕੁਮਾਰ ਉਹ ਸਾਰਿਆਂ ਨੂੰ ਚੱਕਰਾਂ 'ਚ ਪਾ ਕੇ ਹੁਣ ਉਹਨੂੰ ਮਿਲ ਗਿਆ ਪਰਮਵੀਰ ਚੱਕਰ ਰੂਪ ਠੰਡੇ ਦਿਮਾਗ ਨਾਲ ਸੋਚ ਦੇਖ ਜੋ ਹੋਣਾ ਸੀ ਉਹ ਹੋ ਗਿਆ ਹੁਣ ਕੁਛ ਨਹੀਂ ਹੋ ਸਕਦਾ ਯਾਰ ਸਾਰੇ ਪ੍ਰੋਬਲਮ 'ਚ ਨੇ ਲੱਕੀ ਦਾ ਤੈਨੂੰ ਪਤਾ ਹੀ ਆ ਅਨਮੋਲ ਦੀ ਪਰਚੀ ਫੜੀ ਗਈ ਯਾਰ ਘੱਟੋ ਘੱਟ ਹੁਣ ਆਪਾਂ ਤਿੰਨ ਜਾਣੇ ਤਾਂ ਇਕੱਠੇ ਹੋਈਏ ਤਾਂ ਹੀ ਬਾਕੀਆਂ ਨੂੰ ਕਰਾਂਗੇ ਨਾ ਬ੍ਰੋ ਵੱਡਾ ਤੂੰ ਸ਼ਨੀਵਾਲ ਚ ਪਹਿਲਾਂ ਘੋਰ ਦੋ ਫਿਰ ਕੱਚੇ ਹੋ ਜਾਓ ਬ੍ਰੋ ਕੱਚੇ ਹੋ ਜਾਓ ਬ੍ਰੋ ਆ ਗਏ ਸਾਰੇ ਮੂੰਹ ਚੱਕ ਕੇ ਅਮਾ ਬ੍ਰੈਂਡ ਬੋਏ ਸਿਰੇ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਭਈਆ ਹਮਨੇ ਤਾਂ ਕਮਰੇ ਕਾ ਫੀਸ ਵੀ ਡਬਲ ਪੇ ਕੀਆ ਹੈ ਆਪ ਉਨਕੋ ਕਹੀਂ ਔਰ ਐਡਜਸਟ ਕਰ ਦੋ ਨਾ ਭਈਆ ਓਏ ਹੋਸਟਲ ਦਾ ਤੂੜੀ ਵਾਂਗ ਲੱਦਿਆ ਪਿਆ ਹੋਰ ਕਿੱਥੇ ਐਡਜਸਟ ਕਰਾ ਦਈਏ ਅਰੇ ਭਈਆ ਆਪ ਸਮਝ ਨਹੀਂ ਰਹੇ ਹੈ ਹਮਰਾ ਆਈਐਸ ਕਾ ਮੇਨਸ ਕਾ ਐਗਜ਼ਾਮ ਹੈ ਉਕਾ ਪ੍ਰਿਪਰੇਸ਼ਨ ਮੇ ਹਮਕੋ ਬਹੁਤ ਦਿੱਕਤ ਆ ਜਾਏਗਾ ਭਈਆ ਬਹੁਤ ਪ੍ਰੋਬਲਮ ਹੋ ਜਾਏਗਾ ਆਹੋ ਤੇਰੇ ਪਿਓ ਦਾ ਹੋਸਟਲ ਆਣਾ ਕਰੀਏ ਤੇਰੀਆਂ ਡਿਮਾਂਡਾਂ ਪੂਰੀਆਂ ਇੱਥੇ ਭਈਆ ਆਪਕੋ ਖਾਲੀ ਕਮਰਾ ਚਾਹੀਏ ਹੈ ਨਾ ਹਮ ਐਸਾ ਕਰਤੇ ਹੈ ਵਾਰਡਨ ਸਰ ਸੇ ਜਾ ਕੇ ਬਾਤ ਕਰ ਲੈਤੇ ਹੈ ਕਾਲ ਸੁਣ ਮੇਰੀ ਓਏ ਜੇ ਵਾਰਡਨ ਕੋਲ ਗਿਆ ਨਾ ਤੇਰੇ ਇਸੇ ਕਮਰੇ ਨੂੰ ਤੇਰੀ ਕਵਰ ਬਣਾ ਦਾਂਗਾ ਫਿਰ ਉੱਤੇ ਜਾ ਕੇ ਕਰੀ ਜਾਈ IAS ਓ ਸਵੈਟਰ ਬਹੁਤ ਵਧੀਆ ਤੇਰਾ ਆ ਜਾ ਬਾਈ ਜੀ ਵੇਖੋ ਕਮਰਾ ਕਿਵੇਂ ਲੱਗਿਆ ਤੁਹਾਨੂੰ ਕਮਰਾ ਠੀਕ ਆ ਯਾਰ ਕਮਰਾ ਤਾਂ ਪਰ ਯਾਰ ਤਾਂ ਜਿਹੜਾ ਦਾ ਬਾਹਰ ਕਹਿਣ ਸੀ ਉਹ SPL ਕਮਰਾ ਸਪੈਸ਼ਲ ਬੰਦਿਆਂ ਨੂੰ ਮਿਲਦਾ ਉਹ ਅਸੀਂ ਘੱਟ ਸਪੈਸ਼ਲ ਆ ਅੱਛਾ ਇੱਥੇ ਰਾਮੂ ਨਾਲ ਦੇ ਰਹੇ ਹੋ ਹੈ ਉਹ ਨਹੀਂ ਬਾਈ ਇਹਦਾ ਹੀ ਕਮਰਾ ਇਹ ਅਦਰ ਸਟੇਟ ਕੋਟਾ ਕਹਾਂ ਸੀ ਹੋ ਕਹਾਂ ਸੀ ਹੋ ਬਿਹਾਰ ਲੇਬਰਾ ਬਾਈ ਮੈਂ ਜਸ ਭੂਸਨ ਲੋ ਬਾਈ ਤੁਹਾਡਾ ਹੋ ਗਿਆ ਇੰਤਜ਼ਾਮ ਤੁਸੀਂ ਰਹੋ ਇੱਥੇ ਕਰੋ ਰੈਸਟ ਤੇ ਅਸੀਂ ਚੱਲਦੇ ਹਾਂ ਜੇ ਲੋੜ ਪਈ ਤਾਂ ਇਹਦੀ ਲੈ ਲਿਓ ਮੇਰਾ ਮਤਲਬ ਕਿ
ਜੇ ਕਿਸੇ ਚੀਜ਼ ਦੀ ਲੋੜ ਪਈ ਤਾਂ ਇਹਦੀ ਹੈਲਪ ਲੈ ਲੈ ਅੱਛਾ ਹੈਲਪ ਮੈਕਸ ਦੇ ਦੇਈ ਹੁਣ ਮੰਡੇ ਵੀਰ ਨੇ ਆ ਬੈਡ ਜਸ ਤਰਸ ਪਏ ਸੀ ਉਹਨੂੰ ਸਵੇਰ ਦੇ ਓਏ ਓ ਕੁੰਡਾ ਲਾ ਗਿਆ ਯਾਰ ਰੂਪ ਦਾ ਤਾਂ ਨਾ ਰੂਪ ਹੀ ਬਦਲ ਗਿਆ ਹੋ ਕੀ ਗਿਆ ਉਹਨੂੰ ਦੱਸ ਸਾਡਾ ਕੀ ਕਸੂਰ ਸੀ ਫੋਟੋ ਉਹਦੀਆਂ ਆਪਣੀਆਂ ਨਾਲ ਤੈਨੂੰ ਪਤਾ ਦੱਸ ਉਹਨੇ ਆਪ ਹੀ ਇੱਧਰ ਉੱਧਰ ਕੀਤੀਆਂ ਹੋਣੀਆਂ ਸਾਲਾ ਆਪਣੇ ਫ੍ਰੀ ਫੰਡ 'ਚ ਗਲ ਪੈ ਗਿਆ ਯਾਰ ਪਰ ਜਿਵੇਂ ਅੱਜ ਆਪਾਂ ਸਵੇਰ ਦੇ ਇੱਕ ਕਮਰੇ ਪਿੱਛੇ ਖੱਜਲ ਹੋ ਰਹੇ ਹਾਂ ਉਹ ਵੀ ਤਾਂ ਉਦਣ ਹੋਇਆ ਹੀ ਹੋਣਾ ਭਈਆ ਡੋਂਟ ਮਾਈਂਡ ਥੋੜਾ ਸਾ ਆਵਾਜ਼ ਕਮ ਕਰ ਲੇਂਗੇ ਕਾ ਹਾਂ ਕੋਈ ਨਹੀਂ ਪਲੀਜ਼ ਪਰ ਜਸ ਯਾਰ ਮੈਂ ਤਾਂ ਨਾ ਲੱਕੀ ਦਾ ਸੋਚ ਕੇ ਤਰਸ ਆਉਂਦਾ ਆਪਾਂ ਤਾਂ ਚੱਲ ਫਿਰ ਖਾਈ ਪੀ ਜਾਂਦੇ ਹਾਂ ਉਹਦਾ ਸੋਚ ਥਾਣੇ 'ਚ ਕੀ ਬਣਦਾ ਹੁਣ ਨਾਲੇ ਮੈਂ ਤਾਂ ਇਹ ਵੀ ਸੁਣਿਆ ਕਿ ਠੱਗੀਆਂ ਮਾਰਨ ਵਾਲਿਆਂ ਨੂੰ ਪੁਲਿਸ ਬਾਲਾਂ ਤੋਂ ਫੜ ਫੜ ਘੜੀਸਦੀ ਆ ਤੇ ਕਟਾਪਾ ਲੱਗ ਤਾਰਦੀ ਆ ਪਰ ਯਾਰ ਮੈਨੂੰ ਤਾਂ ਬਹਾਦਰ ਅੰਕਲ ਦਾ ਹੋ ਰਿਹਾ ਉਹਨਾਂ 'ਤੇ ਕੀ ਬੀਤਰੀ ਹੋਣੀ ਆ ਪਰ ਮੈਨੂੰ ਲੱਗਦਾ ਯਾਰ ਬਹਾਦਰ ਅੰਕਲ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੋਣਾ ਇਹ ਤਾਂ ਘੱਟੋ ਘੱਟ ਆਪਾਂ ਉਹਦਾ ਫੋਨ ਕਰਦੇ ਚੱਲ ਕੋਈ ਨਹੀਂ ਇੱਕ ਦੋ ਦਿਨ ਤੱਕ ਆਪਾਂ ਲੱਕੀ ਨੂੰ ਮਿਲ ਕੇ ਆਉਂਦੇ ਹਾਂ ਥਾਣੇ ਜਾ ਕੇ ਭਈਆ ਜਿਤਨਾ ਪਹਿਲੇ ਕਿਹਾ ਨਾ ਉਤਨਾ ਹੀ ਥੋੜ੍ਹਾ ਹੋਰ ਕੰਮ ਕਰ ਲੀਜੇ ਪਲੀਜ਼ ਪਲੀਜ਼ ਨਾਲੇ ਸਾਲਿਆ ਅਨਮੋਲ ਵਾਲੀ ਤੂੰ ਉੱਥੇ ਅੱਡ ਜਬਲ ਮਾਰਿਆ ਆ ਉਹਦਾ ਤਾਂ ਪਤਾ ਹੈ ਨਹੀਂ ਨਾ ਉਹ ਫੋਨ ਚੱਕ ਕੇ ਰਾਜੀ ਆ ਕਿੱਥੋਂ ਮਿਲਾ ਦੇਗਾ ਤੂੰ ਉਹਨਾਂ ਨੂੰ ਜਸ ਰੂਮ ਨਹੀਂ ਸੀ ਲੈਣਾ ਤੂੰ ਸ਼ੁਕਰ ਕਰ ਕਮਰਾ ਮਿਲ ਗਿਆ ਭਈਆ ਅਨਮੋਲ ਦਾ ਆਪਾਂ ਬਾਅਦ 'ਚ ਦੇਖ ਲਾਂਗੇ ਹਾਂ ਥੋੜ੍ਹਾ ਆਵਾਜ਼ ਕੰਮ ਕਰ ਲੀਜੇ ਨਾ ਯਾਰ ਤੇਰੇ ਨਾਲ ਸਾਈਨ ਲੈਂਗੁਏਜ 'ਚ ਨਾ ਗੱਲ ਕਰਨ ਲੱਗ ਜੀ ਆਵਾਜ਼ ਕੰਮ ਕਰ ਲਓ ਕੰਮ ਕਰ ਲਓ ਸੁੱਚ ਲੱਗਿਆ ਸਾਡੇ ਰੇਡੀਓ ਆ ਸੀ ਨਾਲੇ ਮੇਰੀ ਗੱਲ ਸੁਣੋ ਇੱਧਰ ਅੱਜ ਤੋਂ ਇਹ ਕਮਰਾ ਸਾਡਾ ਵੀ ਹੈ ਹਾਂ ਅਸੀਂ ਤਾਂ ਐਂ ਗੱਲਾਂ ਕਰਾਂਗੇ ਬੱਕਰੇ ਬੁਲਾਵਾਂਗੇ ਨਾਲੇ ਤੈਨੂੰ ਕਾਹਦੀ ਤਕਲੀਫ ਆ ਤੂੰ ਕਰਨਾ ਕੀ ਆ ਪੜ ਕੇ ਆਪਣਾ ਝੋਨਾ ਤੂੰ ਨਾ ਲਾ ਜਾ ਕੇ ਠੀਕ ਹੈ ਭਈਆ ਜੈਸਾ ਆਪ ਲੋਕ ਤੇ ਐਦਾਂ ਹੀ ਹੋਊ ਫਿਰ ਇਹ ਹੁਣ ਤੂੰ ਜ਼ਿਆਦਾ ਕਰ ਗਿਆ ਸੌਰੀ ਯਾਰ ਭੂਸ਼ਣ ਉਹ ਦਰਅਸਲ ਯਾਰ ਕੱਲ੍ਹ ਰਾਤੀ ਵੀ ਨਹੀਂ ਸੀ ਸੁੱਤੇ ਅਤੇ ਅੱਜ ਵੀ ਸਵੇਰ ਦੇ ਖੱਜਲ ਹੋਈ ਜਾਂਦੇ ਯਾਰ ਬਸ ਇਸੇ ਚੱਕਰਾਂ ਕਰਕੇ ਤੇ ਉੱਤੇ ਖੇਜ ਨਿਕਲ ਗਈ ਯਾਰ ਸੌਰੀ ਯਾਰ ਮੈਂ ਆਪਣਾ ਨਾਂ ਤਾਂ ਦੱਸਣਾ ਭੁੱਲੀ ਗਿਆ ਯਾਰ ਮਾਈ ਨੇਮ ਇਜ਼ ਏਕਮਵੀਰ ਸਿੰਘ ਗਿੱਲ ਭਈਆ ਹਮ ਭੂਸ਼ਣ ਪ੍ਰਦੂਸ਼ਣ ਭਈਆ ਫਿਰ ਸੇ ਸੌਰੀ ਯਾਰ ਸੌਰੀ ਮਜ਼ਾਕ ਕਰਦਾ ਵੈਸੇ ਭਈਆ ਆਪ ਲੋਕ ਲਾਲੀ ਭਈਆ ਕੇ ਦੋਸਤ ਹੋ ਨਾ ਕੌਣ ਲਾਲੀ ਨੂੰ ਕਿਵੇਂ ਜਾਣਦਾ ਅਰੇ ਭਈਆ ਇਹ ਪੁੱਛੋ ਕਿ ਕੌਣ ਨਹੀਂ ਜਾਣਤਾ ਆਪਣੇ ਹੋਸਟਲ ਕੇ ਰੋਬਿਨ ਹੁੱਡ ਹੈ ਰੋਬਿਨ ਹੁੱਡ ਪਤਾ ਹੈ ਕਿਤਨੇ ਸਟੂਡੈਂਟਸ ਕਾ ਹੈਲਪ ਕੀਆ ਉਹਨਾਂ ਨੇ ਜਿਸਕੋ ਹੋਸਟਲ ਨਹੀਂ ਮਿਲਤਾ ਥਾ ਉਸਕੋ ਹੋਸਟਲ ਦਿਲਵਾਇਆ ਫੀਸ ਮਾਫ ਕਰਵਾਇਆ ਓਏ ਕੋਈ ਗੱਲ ਨਹੀਂ ਫੀਸ ਮਾਫ ਕਰਾ ਦਿਆਂਗੇ ਆਪ ਲੋਗੋ ਕੋ ਉਨੀ ਕੇ ਸਾਥ ਤੋ ਦੇਖਾ ਥਾ ਉਹ ਸਾਲੇ ਉਹ ਸਿੰਗਿੰਗ ਕੰਪੀਟੀਸ਼ਨ ਹੈ ਕੋਈ ਇੰਗਲਿਸ਼ ਸਪੀਕਿੰਗ ਕੰਪੀਟੀਸ਼ਨ ਨਹੀਂ ਜਿਹੜਾ ਤੁਸੀਂ ਦਾਰੂ ਪੀ ਕੇ ਜਿੱਤ ਜਾਓਗੇ ਤੇਰੀ ਕਿਹੜੀ ਟ੍ਰੇਡ ਆ ਬਾਈ ਹਾਂ ਭਈਆ ਹਮਨੇ ਇਸੀ ਸਾਲ ਐਲ ਐਲ ਬੀ ਕੀਆ ਔਰ ਅਭੀ ਐਲ ਐਲ ਐਮ ਚੱਲ ਰਿਹਾ ਹੈ ਔਰ ਸਾਥ ਕੇ ਸਾਥ ਆਈ ਏ ਐਸ ਕਾ ਤਿਆਰੀ ਵੀ ਕਰ ਰਹਾ ਹੂੰ ਆਈ ਏ ਐਸ ਦੀ ਤਿਆਰੀ ਮੈਂ ਵੀ ਸੋਚਾਂ ਤੂੰ ਆਈ ਏ ਐਸ ਆਫਿਸਰ ਦਾ ਮੁੰਡਾ ਹੈ ਨਾ ਤਾਂ ਹੀ ਤਾਂ ਤਿੰਨ ਬੰਦੇ ਵਾਲੇ ਕਮਰੇ ਦਾ ਇਕੱਲਾ ਕਿਰਾਇਆ ਭਰੀ ਜਾਂਦਾ ਅਰੇ ਕਾ ਬਾਤ ਕਰ ਰਹੇ ਹੋ ਭਈਆ ਅਗਰ ਕਿਸੇ ਅਫਸਰ ਕੇ ਬੇਟੇ ਹੋਤੇ ਤੋ ਹਮ ਅਲਗ ਸੇ ਪੀ ਜੀ ਮੇ ਜਾ ਕੇ ਨਾ ਰਹਤੇ ਹਮਰੇ ਬਾਬੂ ਜੀ ਤੋ ਰਿਕਸ਼ਾ ਚਲਾਤੇ ਹੈ ਪਟਨਾ ਮੇ ਔਰ ਮਾਈ ਹਮਾਰੀ ਦਿਹਾੜੀ ਕਰਤੀ ਹੈ ਔਰ ਹੋਸਟਲ ਕੀ ਫੀਸ ਕੀ ਬਾਤ ਹੈ ਨਾ ਤੋ ਹਮ ਕਾ ਕਰਤੇ ਹੈ ਸੁਬਹ ਸੁਬਹ ਕਾਲਜ ਸੇ ਪਹਿਲੇ ਨਾ ਅਖਬਾਰ ਬਾਂਟਨੇ ਕਾ ਕਾਮ ਕਰਤੇ ਹੈ ਔਰ ਭਈਆ ਅਭੀ ਸ਼ਾਦੀ ਵਿਆਹ ਕਾ ਸੀਜ਼ਨ ਹੈ ਨਾ ਤੋ ਕਭੀ ਕਭੀ ਵੇਟਰ ਕਾ ਜੌਬ ਵੀ ਕਰ ਲੇਤੇ ਹੈ ਐਸਾ ਕਰ ਸੌਖੇ ਨੇ ਪਰ ਪਾਉਣੇ ਨੇ ਔਖੇ ਓ ਯਾਰ ਗਵਾਉਣੇ ਸੌਖੇ ਨੇ ਪਰ ਪਾਉਣੇ ਨੇ